ਚਿੰਸਾ ਸਾਹਿਬ ਕਿਉਂਕਿ ਅੱਜ ਤਨਖਈਆ ਕਰਾਰ ਦਿੱਤਾ ਹੈ ਇੱਕ ਵੱਡੀ ਗੱਲ ਕਹਿ ਸਕਦੇ ਹਾਂ ਤੁਸੀਂ ਇਹ ਸਾਰੇ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪਿਛਲੇ ਦਿਨਾਂ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਵਿਵਾਦ ਵੀ ਹੋਇਆ ਕਈ ਚੀਜ਼ਾਂ ਨੂੰ ਲੈ ਕੇ ਇਸ਼ੂ ਵੀ ਜਿਹੜਾ ਉੱਠਿਆ ਲੇਕਿਨ ਅੱਜ ਜਿਹੜਾ ਤਨਖਈਆ ਕਰਾਰ ਦਿੱਤਾ ਹੈ ਤੁਸੀਂ ਇਸ ਕਿਸ ਨੂੰ ਦੇਖਦੇ ਦੇਖੋ ਇਹ ਤਾਂ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਹਾਂ ਫੈਸਲੇ ਦਾ ਦੂਜੀ ਗੱਲ ਜੋ ਵੀ ਅਕਾਲ ਤਖਸਾਲ ਸਾਹਿਬ ਦਾ ਹੁਕਮ ਹੈ ਚਾਹੇ ਸੁਬੀਤ ਸਿੰਘ ਬਾਦ ਸੰਬੰਧੀ ਜਾਂ ਸਾਨੂੰ ਵੀ ਜਿਹੜੇ ਕੋਈ ਅਸੀਂ ਮਿਨਿਸਟਰ ਰਹੇ ਹਾਂ ਸਾਡੇ ਪ੍ਰਤੀ ਜੋ ਉਹਨਾਂ ਨੇ ਜਵਾਬ ਤਲਵੀ ਕੀਤੀ ਹੈ ਅਸੀਂ ਜਲਦੀ ਤੋਂ ਜਲਦੀ ਆਪ ਦਾ ਪੱਖ ਜਿਹੜਾ ਹੈ ਲਿਖਤੀ ਰੂਪ ਵਿੱਚ ਪੇਸ਼ ਹੋ ਕੇ ਉਹਨਾਂ ਨੂੰ ਜਿਹੜਾ ਹੈ ਰੱਖਾ ਕਾਦਕ ਸਾਹਿਬ ਦੇ ਅੱਗੇ ਤੇ ਮੈਂ ਸਮਝਦਾ ਹਾਂ ਕਿ ਤਾਂ ਇੱਕ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ ਕਿਉਂਕਿ ਇਹਦਾ ਪਹਿਲਾ ਸਟੈਪ ਹੈ ਸਰਦਾਰ ਸੁਖਬੀ ਸਿੰਘ ਬਾਦਲ ਦੇ ਜਵਾਬ ਦੇਣ ਤੋਂ ਬਾਅਦ ਤੋਂ ਅੱਗੇ ਕੀ ਫੈਸਲਾ ਕਰਨਗੇ ਉਹ ਸਮਾਂ ਦੱਸੂਗਾ ਤੇ ਸਰ ਸਿੰਘ ਸਾਬਾ ਵੱਲੋਂ ਤੁਹਾਡੇ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਤੁਹਾਡੀ ਜਿਹੜੀ ਵੀ ਜਿੰਨੇ ਉਸ ਵੇਲੇ ਸੀਗੇ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਸਾਰੇ ਚੀਜ਼ਾਂ ਨੂੰ ਦੇਖਦੇ ਇਹco ਮੈਂ ਸਮਝਦਾ ਵੀ ਜਦ ਤੱਥ ਨੂੰ ਸਾਹਮਣੇ ਲਿਆਉਣ ਲਈ ਇਹ ਜ਼ਰੂਰੀ ਸੀਗਾ ਸਾਰਿਆਂ ਨੂੰ ਸਪਸ਼ਟੀ ਕਰਨ ਲੈਣਾ ਤੇ ਜਿੰਨਾ ਵੀ ਘਟਨਾ ਕਰਮ ਜੋ ਵੀ ਹੋਇਆ ਇਹ ਜਿਹੜੇ 3-4 ਮੇਨ ਇਸ਼ੂ ਨੇ ਬਿਲਕੁਲ ਇਹਨਾਂ ਦੇ ਬਾਰੇ ਜੋ ਵੀ ਜਿੰਨੀ ਮੈਨੂੰ ਜਾਣਕਾਰੀ ਹੈ ਜਾਂ ਜਿੰਨਾ ਕੁ ਅਸੀਂ ਵਿੱਚ ਜੋ ਸਾਡੇ ਸਾਹਮਣੇ ਜੋ ਕੁਝ ਹੋਇਆ ਉਹ ਅਸੀਂ ਜ਼ਰੂਰ ਰੱਖਾਂਗੇ ਸਾਹਮਣੇ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਜਿੱਦਾਂ ਤੁਸੀਂ ਵੀ ਕਿਹਾ ਕਿ ਪਿਛਲੇ 3-4 ਜਿਹੜੇ ਮੇਨ ਮੇਨ ਘਟਨਾ ਕਰਮ ਹੋਏ ਐ ਹਾਲਾਂਕਿ ਉਸ ਵੇਲੇ ਤੁਸੀਂ ਵੀ ਮੰਤਰੀ ਸੀਗੇ ਕਈ ਚੀਜ਼ਾਂ ਹੋਈਆਂ ਤੇ ਤੁਸੀਂ ਵੀ ਆਪਣੇ ਸਪਸ਼ਟੀਕਰਨ ਨੂੰ ਲੈ ਕੇ ਤੁਸੀਂ ਵੀ ਉੱਥੇ ਜਾਓਗੇ ਆਪਣੀ ਗੱਲ ਜਿਹੜੀ ਹੈਗੀ ਉਹ ਰੱਖੋ ਹਾਂ ਬਿਲਕੁਲ ਦੇਖੋ ਕਾਲ ਤਖਤ ਸਾਹਿਬ ਦਾ ਹੁਕਮ ਤਾਂ ਸਾਡੇ ਸਾਰਿਆਂ ਵਾਸਤੇ ਸਭ ਤੋਂ ਵੱਡੀ ਚੀਜ਼ ਹੈ ਤੇ ਇਹ ਸਾਡੀ ਡਿਊਟੀ ਬਣਦੀ ਹੈ ਇਸ ਲਈ ਇਸ ਤਾਂ ਪਹਿਲਾਂ ਵੀ ਆਪਣੀ ਗੱਲ ਇਹ ਰੱਖੀ ਉਹਨਾਂ ਕੋਲੇ ਇਹ ਜਿਹੜਾ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੇ ਇੰਸਾਰੀ ਲੀਡਰ ਇਕੱਠੇ ਹੋ ਕੇ ਅਸੀਂ ਗਏ ਸੀ ਕਾਲ ਤਖਤ ਸਾਹਿਬ ਤੇ ਤੇ ਆਪਦਾ ਦੋਸ਼ ਅਸੀਂ ਮੰਨਿਆ ਸੀ ਵੀ ਅਸੀਂ ਚੁੱਪ ਰਹੇ ਅਸੀਂ ਜੋ ਸਾਨੂੰ ਭੂਮਿਕਾ ਨਿਭਾਉਣੀ ਚਾਹੀਦੀ ਸੀ ਅਸੀਂ ਨਹੀਂ ਨਿਭਾ ਸਕੇ ਉਹਦੇ ਕਰਕੇ ਅਸੀਂ ਆਪਦੇ ਆਪ ਨੂੰ ਵੀ ਦੋਸ਼ੀ ਮੰਨਦੇ ਹਾਂ ਕੁਝ ਹੱਦ ਤੱਕ ਤੇ ਸਾਨੂੰ ਜਿਹੜਾ ਹੈ ਮਾਫ ਕੀਤਾ ਜਾਵੇ ਤੇ ਸਾਨੂੰ ਜੋ ਸਜ਼ਾ ਲਾਉਣਗੇ ਅਸੀਂ ਤਿਆਰ ਇਹ ਉਸੇ ਦੇ ਸਿੱਟੇ ਰੂਪ ਦੇ ਵਿੱਚ ਹੀ ਸੁਖਵੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੋ ਬਿਲਕੁਲ ਅਸੀਂ ਹਮੇਸ਼ਾ ਹੀ ਹਾਜ਼ਰ ਹਾਂ ਕੱਲ ਤੱਕ ਸਾਡੇ ਹੁਕਮ ਸਰ ਕੱਲ ਜਿਹੜਾ ਫੈਸਲਾ ਲਿਆ ਗਿਆ ਹੈ ਵਰਕਿੰਗ ਪ੍ਰੈਜ਼ੀਡੈਂਟ ਦੇ ਨਾਤੇ ਬਲਵਿੰਦਰ ਸਿੰਘ ਪੁੰਦਰ ਜਿਹੜੇ ਸਰਦਾਰ ਜੀ ਕਾਫੀ ਸੀਨੀਅਰ ਲੀਡਰ ਰਹੇ ਨੇ ਪਿਛਲੇ ਉਹ ਸਾਰੇ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਅੱਜ ਦਾ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਲੇਕਿਨ ਇੱਕ ਦਿਨ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਜਿਹੜਾ ਲਾਣਾ ਕਿਉਂਕਿ ਕਈ ਵਿਵਾਦ ਉਸ ਨੂੰ ਲੈ ਕੇ ਪ੍ਰੈਜ਼ੀਡੈਂਟ ਨੂੰ ਲੈ ਕੇ ਕਈ ਵਿਵਾਦ ਹੋਏ ਆਬਵੀਅਸਲੀ ਤੁਸੀਂ ਵੀ ਸਾਰੀ ਚੀਜ਼ਾਂ ਜਾਣਦੇ ਹੋ ਉਹ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਇੱਕ ਦਿਨ ਪਹਿਲਾਂ ਵਰਕਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਪੁੰਦਰ ਜੀ ਨੂੰ ਜਿਹੜਾ ਵੀ ਕੱਲ ਤੱਕ ਸਾਬ ਤੋਂ ਕੋਈ ਫੈਸਲਾ ਹੋਊਗਾ ਉਹਨੂੰ ਸਾਈਡ ਸਟੈਪ ਕਰਨ ਵਾਸਤੇ ਉਹਨਾਂ ਨੇ ਆਪਦਾ ਜਿਹੜੋ ਇੱਕ ਮਨਪਸੰਦ ਦੇ ਆਗੂ ਨੂੰ ਉਹਨਾਂ ਨੇ ਵਰਕਿੰਗ ਪੋਸਟ ਬਣਾਤਾ ਆਪ ਹਾਲਾਂਕਿ ਨਹੀਂ ਅਸਤੀਫਾ ਦਿੱਤਾ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਜੇ ਆਪ ਅਸਤੀਫਾ ਨਹੀਂ ਦਿੰਦਾ ਉਹ ਆਪ ਪ੍ਰਧਾਨ ਨੇ ਫਿਰ ਵਰਕਿੰਗ ਭਦਾਉਣ ਦੀ ਕੀ ਲੋਡ ਪੈਗੀ ਲਾਉਣ ਦੀ ਤੇ ਦੂਸਰਾ ਅੱਜ ਦੀ ਮੀਟਿੰਗ ਤੋਂ ਜੋ ਜਸਦਾਰ ਸਾਹਿਬਾਨ ਦੀ ਅੱਜ ਦੀ ਮੀਟਿੰਗ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਦੇਣਾ ਇਹ ਜ਼ाहिर ਕਰਦਾ ਵੀ ਇਹ ਕੋਈ ਜੋ ਫੈਸਲਾ ਮਜਬੂਰੀ ਬਸ ਲੈ ਕੇ ਆਇਆ ਕੋਈ ਦਿਲੋਂ ਨਹੀਂ ਲਿਆ ਉਹਨਾਂ ਨੇ ਜੇ ਦਿਲੋਂ ਲਿਆ ਹੁੰਦਾ ਤਾਂ ਅੱਜ 7 ਸਾਲ ਹੋ ਗਏ ਟੱਪ ਕੇ ਲੋਕਾਂ ਨੂੰ ਕਹਿੰਦੇ ਨੂੰ ਉਦੋਂ ਕਾਰਜਕਾਰੀ ਪ੍ਰਧਾਨ ਲਾਉਂਦੇ ਜਾਂ ਉਦੋਂ ਕਿਸੇ ਹੋਰ ਨੂੰ ਪ੍ਰਧਾਨ ਬਣਾਉਂਦੇ ਫਿਰ ਤਾਂ ਅਸੀਂ ਸਮਝਦੇ ਵੀ ਉਹਨਾਂ ਦੇ ਮਨ 'ਚ ਕੋਈ ਲੋਕਾਂ ਦੀ ਜਿਹੜੀਆਂ ਭਾਵਨਾ ਉਹਦੀ ਕਦਰ ਹੈ ਤੇ ਹੁਣ ਤਾਂ ਇੱਕ ਜੋ ਵੀ ਕਰ ਰਹੇ ਨੇ ਉਹ ਜਾਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਨੂੰ ਜਾਂ ਮਜਬੂਰੀ ਬਸ ਇਹ ਕਰ ਰਹੇ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਹਜੇ ਵੀ ਕਿਉਂਕਿ ਵਰਕਿੰਗ ਪ੍ਰੈਜ਼ੀਡੈਂਟ ਕਿਉਂਕਿ ਕੱਲ ਜਿਹੜੇ ਉਹਨਾਂ ਦੇ ਵੀ ਅਸ਼ਦੀਪ ਕਾਲਜ ਜੁੜੇ ਸੀਗੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਦ ਤੱਕ ਇਹ ਸਾਰੀ ਚੀਜ਼ਾਂ ਨਹੀਂ ਹੁੰਦੀ ਜਦ ਤੱਕ ਵਰਕਿੰਗ ਪ੍ਰੈਜ਼ੀਡੈਂਟ ਯਾਨੀ ਕਿ ਪੱਕੇ ਤੌਰ ਤੇ ਫਿਲਹਾਲ ਅਸਤੀਫਾ ਨਹੀਂ ਦਿੱਤਾ ਗਿਆ ਜਿਹੜੇ ਤੁਸੀਂ ਵੀ ਗੱਲ ਕਹੀ ਨਹੀਂ ਅਸਤੀਫਾ ਦਿੱਤਾ ਹੀ ਨਹੀਂ ਹਜ ਤੱਕ ਮੈਂ ਤਾਂ ਅਸਤੀਫਾ ਕੋਈ ਸਾਹਮਣੇ ਆਇਆ ਨਹੀਂ ਅੱਜ ਦੇ ਦੇਣ ਤਾਂ ਮੈਂ ਕਹਿ ਨਹੀਂ ਸਕਦਾ ਕੱਲ ਅੱਜ ਸਵੇਰ ਤੱਕ ਤਾਂ ਕੋਈ ਉਹਨਾਂ ਦਾ ਅਸਤੀਫਾ ਦੀ ਗੱਲ ਹੀ ਨਹੀਂ ਆਈ ਸੋ ਪ੍ਰਧਾਨ ਉਹੀ ਨੇ ਤੇ ਫਿਰ ਐਕਟਿੰਗ ਪ੍ਰਧਾਨ ਲਾਉਣ ਦਾ ਕੀ ਮਤਲਬ ਬਣਦਾ ਜੇ ਉਹ ਆਪ ਖੁਦ ਪ੍ਰਧਾਨ